ਸੋ ਅੱਗੇ ਵਧਦੇ ਹਾਂ। ਬਜਟ ਤੋਂ ਆਸ, ਮੋਦੀ ਸਰਕਾਰ ਦੇ ਕਾਰਜਕਾਲ ਚ ਆਮ ਚੋਣਾਂ ਤੋਂ ਪਹਿਲਾਂ ਸੰਸਦ ਦਾ ਅਖੀਰਲਾ ਇਜਲਾਸ, ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਸੰਸਦ ਨੇ ਸੰਸਦ 'ਚ ਦੋਵੇਂ ਸਦਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਾਰਤ ਗਾਂਧੀ ਜੀ ਦੇ ਸੁਪਨਿਆਂ ਦੇ ਅਨੁਸਾਰ ਸਮਾਜ ਸੇਵੀ ਸਮਾਜ ਦਾ ਨਿਰਮਾਣ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਰਤ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵੱਲੋਂ ਸੰਵਿਧਾਨ 'ਚ ਦਿੱਤੇ ਗਏ ਸਮਾਜਿਕ ਅਤੇ ਆਰਥਿਕ ਨਿਆਂ ਦੇ ਆਦਰਸ਼ਾਂ ਨਾਲ ਅੱਗੇ ਵੱਧ ਰਿਹਾ। ਸੋ ਅੱਜ ਤੋਂ ਬਜਟ ਇਜਲਾਸ ਦੀ ਸ਼ੁਰੂਆਤ ਕੀਤੀ ਗਈ, ਰਾਸ਼ਟਰਪਤੀ ਦੇ ਅਭਿਭਾਸ਼ਣ ਤੋਂ ਇਹਦੀ ਸ਼ੁਰੂਆਤ ਕੀਤੀ ਗਈ। ਪ੍ਰਤੀ ਵਰਸ 5 ਲੱਖ ਰੁਪਏ ਤੱਕ ਕੇ ਇਲਾਜ ਖਰਚ ਕੀ ਵਿਵਸਥਾ ਕੀ ਗਈ। ਸਿਰਫ 4 ਮਹੀਨੇ ਮੇ ਹੀ ਇਸ ਯੋਜਨਾ ਕੇ ਤਹਿਤ 10 ਲੱਖ ਸੇ ਜ਼ਿਆਦਾ ਗਰੀਬ ਹਸਪਤਾਲ ਮੇ ਆਪਣਾ ਇਲਾਜ ਕਰਵਾ ਚੁੱਕੇ। ਮੇਰੀ ਸਰਕਾਰ ਕਾ ਯਹ ਵੀ ਪ੍ਰਯਾਸ ਰਹਾ ਹੈ ਕਿ ਗਰੀਬ ਔਰ ਮੱਧਿਅਮ ਵਰਗ ਕੇ ਪਰਿਵਾਰੋਂ ਪਰ ਇਲਾਜ ਕੇ ਖਰਚ ਕਾ ਬੋਝ ਕਮ ਸੇ ਕਮ ਪੜੇ। ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ ਕੇ ਤਹਿਤ ਦੇਸ਼ ਭਰ ਮੇ ਅਬ ਤੱਕ 600 ਸੇ ਜ਼ਿਆਦਾ ਜ਼ਿਲ੍ਹੋ ਮੇ 4,900 ਜਨ ਔਸ਼ਧੀ ਕੇਂਦਰ ਖੋਲੇ ਜਾ ਚੁੱਕੇ ਹੈ। ਇਨ ਕੇਂਦਰੋਂ ਮੇ 700 ਸੇ ਜ਼ਿਆਦਾ ਦਵਾਈਆਂ ਬਹੁਤ ਕਮ ਕੀਮਤ ਉਪਲਬਧ ਕਰਾਈ ਜਾ ਰਹੀ ਹੈ। ਸਿਰਫ 1 ਰੁਪਿਆ ਮਹੀਨਾ ਕੇ ਪ੍ਰੀਮੀਅਮ ਪਰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਔਰ 90 ਪੈਸੇ ਪ੍ਰਤੀਦਿਨ ਕੇ ਪ੍ਰੀਮੀਅਮ ਪਰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਕੇ ਰੂਪ ਮੇ ਲਗਭਗ 21 ਕਰੋੜ ਗਰੀਬ ਭਾਈ ਬਹਿਨੋਂ ਕੋ ਬੀਮਾ ਸੁਰੱਖਿਆ ਕਵਚ ਪ੍ਰਦਾਨ ਕੀਆ ਗਿਆ ਹੈ। ਵਰਸ 2022 ਮੇ ਜਬ ਦੇਸ਼ ਸਵਤੰਤਰਤਾ ਕੀ 75ਵੀਂ ਵਰਸਗਾਂਠ ਮਨਾ ਰਹਾ ਹੋਗਾ ਤਬ ਕੋਈ ਵੀ ਪਰਿਵਾਰ ਬੇਘਰ ਨਾ ਰਹੇ ਤੋ ਕੁਛ ਲੋਕ ਸੋਚਤੇ ਥੇ ਕਿ ਇਹ ਕੈਸੇ ਸੰਭਵ ਹੋ ਸਕਤਾ ਹੈ। ਲੇਕਿਨ ਸਰਕਾਰ ਨੇ ਪੁਰਾਣੀ ਯੋਜਨਾਓਂ ਕੇ ਘਰੋਂ ਕਾ ਨਿਰਮਾਣ ਪੂਰਾ ਕਰਨੇ ਕੇ ਸਾਥ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੇ ਤਹਿਤ ਸ਼ਹਿਰ ਔਰ ਗਾਂਵ ਮੇ ਘਰ ਬਣਾਉਣ ਕੇ ਕਾਮ ਕੋ ਅਭੂਤਪੂਰਵ ਗਤੀ ਦੀ ਹੈ। ਨਾਬਾਲਿਗ ਕੇ ਸਾਥ ਬਲਾਤਕਾਰ ਕਰਨੇ ਕੇ ਜਘਨਯ ਅਪਰਾਧ ਕੀ ਸਜ਼ਾ ਕੇ ਲਈ ਸਰਕਾਰ ਨੇ ਅਪਰਾਧੀ ਕੋ ਫਾਂਸੀ ਕੀ ਸਜ਼ਾ ਦੇਣੇ ਕਾ ਪ੍ਰਾਵਧਾਨ ਕੀਆ। ਮੁਸਲਿਮ ਬੇਟੀਓਂ ਕੋ ਡਰ ਔਰ ਭੈ ਕੀ ਜ਼ਿੰਦਗੀ ਸੇ ਮੁਕਤੀ ਦਿਲਾਨੇ ਤਥਾ ਉਨ੍ਹੇ ਅੰਨ ਬੇਟੀਓਂ ਕੇ ਸਮਾਨ ਜੀਵਨ ਜੀਣੇ ਕੇ ਅਧਿਕਾਰ ਦੇਣੇ ਹੇਤੁ ਮੇਰੀ ਸਰਕਾਰ 3 ਤਲਾਕ ਸੇ ਜੁੜੇ ਕਾਨੂੰਨ ਕੋ ਸੰਸਦ ਸੇ ਪਾਰਿਤ ਕਰਵਾਨੇ ਕਾ ਲਗਾਤਾਰ ਪ੍ਰਯਾਸ ਕਰ ਰਹੀ ਹੈ। ਆਉਣ ਵਾਲੇ ਸਮੇਂ ਮੇ ਦੇਸ਼ ਮੇ 15,000 ਸੇ ਜ਼ਿਆਦਾ ITI, 10,000 ਸੇ ਜ਼ਿਆਦਾ ਕੌਸ਼ਲ ਵਿਕਾਸ ਕੇਂਦਰ ਔਰ 600 ਸੇ ਜ਼ਿਆਦਾ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਭਾਰਤ ਕੇ ਯੁਵਾਓਂ ਕੇ ਕੌਸ਼ਲ ਕੋ ਬੜਾਨੇ ਮੇ ਅਹਿਮ ਭੂਮਿਕਾ ਨਿਭਾਏ।